ਵਾਹਿਗੁਰੂ ਸਾਹਿਬ ਜੀ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜ ਹੈ ਓਏ ਮੋਇਆ ਨਾ ਜਾਹੀ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਮੁਖ ਪਿਆਰਿਓ, ਆਪ ਜੀ ਗੁਰਸੰਗਤ ਦੇ ਚਰਨਾਂ ਵਿੱਚ ਗੁਰਮਤਿ ਦੀ ਇੱਕ ਵਿਚਾਰ ਲੈ ਕੇ ਹਾਜ਼ਰੀ ਭਰ ਰਹੇ ਹਾਂ। ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇੱਕ ਬਚਨ ਆਉਂਦਾ ਹੈ ਵੀ ਹੇ ਭਾਈ, ਕੱਚੇ ਮਨਮੁੱਖ ਲੋਕਾਂ ਦਾ ਸੰਗ ਛੱਡ ਦੇ, ਉਹਨਾਂ ਨਾਲੋਂ ਤੋੜ ਲੈ, ਔਰ ਜਿਹੜੇ ਪੱਕੇ ਸੱਜਣ ਸੰਤ ਹਨ ਉਹਨਾਂ ਨੂੰ ਲੱਭ ਲੈ। ਕਿਉਂ? ਜਿਹੜੇ ਕੱਚੇ ਮਨਮੁੱਖ ਰਿਸ਼ਤੇ ਸਾਕ ਹਨ ਉਹ ਤਾਂ ਜਿਉਂਦੇ ਜੀ ਛੱਡ ਜਾਣ ਵਾਲੇ ਹੈ, ਪਰ ਜਿਹੜੇ ਰੱਬ ਦੇ ਪਿਆਰੇ ਹਨ ਉਹ ਮਰਨ ਤੋਂ ਬਾਅਦ ਵੀ ਜੀਵ ਦਾ ਸਾਥ ਨਹੀਂ ਛੱਡਦੇ, ਭਾਵ ਸਾਥ ਨਿਭਾਉਂਦੇ ਹਨ। ਆਪਣੇ ਨਿੱਜੀ ਜੀਵਨ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਅਨੁਭਵ ਦੇ ਵਿੱਚ ਆਈਆਂ, ਕੌਤਕ ਦੇਖੇ ਰੱਬ ਦੇ ਪਿਆਰੇ ਜਿਨ੍ਹਾਂ ਰੰਗੀਆਂ ਹੋਈਆਂ ਰੂਹਾਂ ਦੇ ਨੇੜਿਓਂ ਹੋ ਕੇ ਵਰਤਾਰੇ ਦੇਖੇ, ਆਪਣੇ ਜਾਣ ਤੋਂ ਮਗਰੋਂ ਵੀ ਆਪਣੇ ਸਾਥੀਆਂ ਦੀ ਸੰਭਾਲ ਕਰਦੇ, ਸੰਗੀਆਂ ਦੀ ਸੰਭਾਲਣਾ ਕਰਦੇ, ਉਹਨਾਂ ਕੁਛ ਕੁ ਰੱਬ ਰੰਗੀਆਂ ਰੂਹਾਂ ਦੀ ਬਾਤ ਅੱਜ ਆਪਾਂ ਕਰਾਂਗੇ। ਸਭ ਤੋਂ ਪਹਿਲੇ ਇੱਕ ਗੁਰਮੁਖ ਸੰਤ ਹੋਏ ਹੈ, ਦਾਸ ਦਾ ਨਗਰ ਸਰਾਭਾ ਹੈ। ਸਰਾਭੇ ਤੋਂ ਕੁਛ ਕੁ ਦੂਰੀ 'ਤੇ ਪਿੰਡ ਹੈ ਸਹੌਲੀ। ਸਹੌਲੀ ਨਗਰ ਦੇ ਵਿੱਚ ਇੱਕ ਗੁਰਮੁਖ ਪਿਆਰੇ ਮਹਾਂਪੁਰਖ ਹੋਏ, ਸੰਤ ਗੁਰਬਚਨ ਸਿੰਘ ਜੀ ਉਹਨਾਂ ਦਾ ਨਾਂ। ਮਹਾਂਪੁਰਖਾਂ ਦੀ ਅਥਾਹ ਬੰਦਗੀ, ਬਹੁਤਾ ਸਮਾਂ ਉਹਨਾਂ ਨੇ ਗੁਪਤ ਰਹਿ ਕੇ ਗੁਜ਼ਾਰਿਆ। ਪਿੰਡ ਦੇ ਲੋਕਾਂ ਨੂੰ, ਆਸ ਪਾਸ ਦੇ ਲੋਕਾਂ ਨੂੰ ਵੀ ਉਹਨਾਂ ਦੀ ਉੱਚ ਅਵਸਥਾ ਦਾ ਪਤਾ ਨਹੀਂ ਸੀ ਲੱਗਿਆ ਹੈ। ਸੋ ਖੈਰ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਪ੍ਰੇਮ ਦਾ ਪ੍ਰਤਾਪ ਇਹ ਹੁੰਦਾ ਵੀ ਜਿੰਨਾ ਕੁ ਰੱਬ ਦੇ ਪਿਆਰੇ ਉਹਨੂੰ ਲੁਕੋ ਕੇ ਰੱਖਦੇ ਆ ਨਾਮ ਧਨ ਨੂੰ, ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਪ੍ਰਗਟ ਕਰਦਾ। ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਸਤਿਗੁਰੂ ਨੂੰ ਪੂਜਦੇ ਹਨ ਉਹ ਚਾਹੇ ਲੁਕ ਕੇ ਰਹਿ ਜਾਣ, ਜਿਨ ਹਰ ਪਾਇਓ ਤਿਨੈ ਛਪਾਇਓ, ਪਰ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਪੂਜਾ ਕਰਾਉਂਦਾ, ਪ੍ਰਗਟ ਕਰਦਾ। ਸੋ ਸਮਾਂ ਪਾ ਕੇ ਉਹਨਾਂ ਮਹਾਂਪੁਰਖਾਂ ਦਾ ਨਗਰ ਦੇ ਲੋਕਾਂ ਨੂੰ ਪਤਾ ਲੱਗਿਆ। ਸੋ ਉਹ ਮਹਾਤਮਾ ਮਹਾਂਪੁਰਖ ਜਿਹੜੇ ਆ ਉਹਨਾਂ ਦਾ ਘਰ ਸਥਾਨ ਜਿਹੜਾ ਉਸ ਨਗਰ ਦੇ ਵਿੱਚ ਉਵੇਂ ਦਾ ਉਵੇਂ ਬਣਿਆ ਹੋਇਆ। ਸੋ ਜਿੱਥੇ ਰੱਬ ਦੇ ਪਿਆਰੇ ਬੈਠ ਜਾਂਦੇ ਆ, ਬਾਣੀ ਦਾ ਬਚਨ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, 68 ਤੀਰਥ ਜਿਹੇ ਸਾਧ ਭਗਤ ਰਹਿ, ਜਿੱਥੇ ਸਾਧੂ ਰੱਬ ਦੇ ਪਿਆਰੇ ਚਰਨ ਪਾ ਦਿੰਦੇ ਆ ਉਹ ਤੀਰਥ ਦੇ ਸਮਾਨ ਹੋ ਜਾਂਦਾ। ਸੋ ਆਪਣੇ ਨਗਰ ਸਰਾਭੇ ਦੇ ਵਿੱਚ ਰਹਿੰਦਿਆਂ ਹੋਇਆ ਇੱਕ ਵਾਰ ਮਨ 'ਚ ਖਿਆਲ ਆਇਆ, ਫੁਰਨਾ ਆਇਆ, ਬਈ ਬਾਣੀ ਦਾ ਫੈਸਲਾ ਜਿੱਥੇ ਰੱਬ ਦੇ ਪਿਆਰੇ ਰਹਿੰਦੇ ਆ ਉਹ ਤੀਰਥ ਦੇ ਸਮਾਨ ਹੋ ਜਾਂਦੀ ਜਗ੍ਹਾ। ਤੋ ਮਹਾਂਪੁਰਖਾਂ ਦਾ ਨਾਂ ਬਚਪਨ ਤੋਂ ਲੈ ਕੇ ਸੁਣਿਆ ਸੀ, ਹਾਲਾਂਕਿ ਛੋਟੀ ਉਮਰ ਹੋਣ ਕਰਕੇ ਉਹਨਾਂ ਦੇ ਦਰਸ਼ਨ ਨਹੀਂ ਹੋ ਸਕੇ। ਉਹ ਮਹਾਂਪੁਰਖ ਬਹੁਤ ਸਹੌਲੀ ਤੋਂ ਪੈਦਲ ਚੱਲ ਕੇ ਸਰਾਭੇ, ਆਪਣੇ ਮਿੱਤਰ ਇੱਕ ਉਹਨਾਂ ਦੇ ਸਨ, ਸੁੱਚਾ ਸਿੰਘ ਉਹਨਾਂ ਦਾ ਨਾਂ ਸੀ, ਉਹਨਾਂ ਕੋਲ ਚੱਲ ਕੇ ਵੀ ਆਉਂਦੇ ਹੁੰਦੇ ਸੀ, ਬਹੁਤ ਉਹਨਾਂ ਨਾਲ ਪ੍ਰੇਮ ਕਰਦੇ ਸੀ। ਮਨ ਅੰਦਰ ਫੁਰਨਾ ਆਇਆ ਵੀ ਮਹਾਂਪੁਰਖ ਭਾਵੇਂ ਸਰੀਰ ਕਰਕੇ ਚਲੇ ਗਏ ਆ, ਵੀ ਸਹੌਲੀ ਨਗਰ 'ਚ ਉਹਨਾਂ ਦਾ ਜਿਹੜਾ ਸਥਾਨ ਹੈ ਉੱਥੇ ਜਾ ਕੇ ਪੈਦਲ ਚੱਲ ਕੇ ਉਹਨਾਂ ਦੇ ਅਸਥਾਨ 'ਤੇ ਨਮਸਕਾਰ ਕਰਕੇ ਆਈਏ, ਦਰਸ਼ਨ ਕਰਕੇ ਆਈਏ। ਸੋ ਆਪਣੇ ਇੱਕ ਸਾਥੀ ਦੇ ਨਾਲ, ਭਾਈ ਹਰਦੀਪ ਸਿੰਘ, ਉਹਦੇ ਨਾਲ ਮਿਲ ਕੇ ਬਚਨ ਕੀਤਾ, ਗੱਲ ਕੀਤੀ ਵੀ ਆਪਾਂ ਅੱਜ ਇੱਕ ਤੀਰਥ 'ਤੇ ਚੱਲੇ ਹਾਂ, ਵੀ ਸਹੌਲੀ ਨਗਰ ਵੱਲ ਨੂੰ ਜਾਣਾ ਹੈ, ਪੈਦਲ ਜਾਣਾ ਹੈ, ਵੀ ਇੱਕ ਤੀਰਥ ਉੱਤੇ ਜਾਣਾ। ਉਹਨੂੰ ਪੁੱਛਿਆ ਵੀ ਮਤਲਬ ਸਮਝ ਵਿੱਚ ਆਇਆ ਤੀਰਥ ਦਾ ਅਰਥ? ਅਤੇ ਅੱਗੋਂ ਕਹਿਣ ਲੱਗਿਆ ਵੀ ਸੰਤ ਗੁਰਬਚਨ ਸਿੰਘ ਹੋਣਾ ਸਹੌਲੀ ਵਾਲਿਆਂ ਦੇ ਸਥਾਨ 'ਤੇ ਜਾਣਾ। ਮੈਂ ਕਿਹਾ ਹਾਂ, ਉੱਥੇ ਦਰਸ਼ਨ ਕਰਨ ਚੱਲਦੇ ਹਾਂ, ਪੈਦਲ ਚੱਲਦੇ ਹਾਂ। ਰਾਤ ਦਾ ਸਮਾਂ ਸੀ, 7:30 ਦਾ ਟਾਈਮ ਹੋਣਾ। ਅਸੀਂ ਪੈਦਲ ਸਰਾਭੇ ਤੋਂ ਉੱਧਰ ਨੂੰ ਉਹਨਾਂ ਦੇ ਸਥਾਨ ਵੱਲ ਨੂੰ ਤੁਰ ਪਏ। ਜਦੋਂ ਤੁਰੇ ਜਾਂਦੇ ਹਾਂ
ਤਾਂ ਗੁਰੂ ਕੀਆਂ ਬਾਤਾਂ ਗੁਰੂ ਕੀ ਸਾਖੀਆਂ ਆਪਸ ਵਿੱਚ ਗੱਲਾਂ ਕਰਦੇ ਹੋਏ ਤੁਰੇ ਜਾਂਦੇ ਹਾਂ। ਜਦੋਂ ਸਹੌਲੀ ਨਗਰ ਵਿੱਚ ਜਾ ਪ੍ਰਵੇਸ਼ ਹੋਏ ਅਤੇ ਅੱਗੇ ਜਾ ਕੇ ਪਤਾ ਕੀਤਾ ਵੀ ਸੰਤਾਂ ਦਾ ਜਿਹੜਾ ਸਥਾਨ ਹੈ ਘਰ ਹੈ ਵੀ ਉਹਦੇ ਦਰਸ਼ਨ ਕਰਨੇ ਆ ਕਿਹੜੇ ਪਾਸੇ ਹੈ, ਤਾਂ ਪੁੱਛਦੇ ਪੁਛਾਉਂਦੇ ਉੱਥੋਂ ਦੇ ਲੋਕਾਂ ਦੇ ਦੱਸਣ ਅਨੁਸਾਰ ਉਹ ਗਲੀਆਂ ਦੇ ਵਿੱਚੋਂ ਲੰਘ ਕੇ ਉੱਧਰ ਨੂੰ ਜਾ ਰਹੇ ਸਾਂ। ਇੱਕ ਚੌਂਕ ਜਿਹਾ ਆ ਗਿਆ ਛੋਟਾ ਜਿਹਾ, ਉੱਥੇ ਜਾ ਕੇ ਅਸੀਂ ਪੁੱਛਿਆ ਵੀ ਸੰਤਾਂ ਦੇ ਘਰ ਵੱਲ ਜਾਣਾ, ਸੰਤ ਭਾਵੇਂ ਸਰੀਰਕ ਰੂਪ ਦੇ ਵਿੱਚ ਇੱਥੇ ਨਹੀਂ ਪਰ ਆਤਮਕ ਰੂਪ ਦੇ ਵਿੱਚ ਉਹ ਸਦਾ ਰਹਿੰਦੇ ਹੈ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਸੋ ਇਹ ਭਾਵਨਾ ਲੈ ਕੇ ਤੁਰੇ ਸਾਂ। ਅੱਗੋਂ ਕੋਈ ਬੰਦਾ ਮਿਲਿਆ ਅਤੇ ਉਹਨੂੰ ਜਦੋਂ ਰਸਤਾ ਪੁੱਛਿਆ ਘਰ ਦਾ ਅਤੇ ਅੱਗੋਂ ਕਹਿਣ ਲੱਗਾ ਵੀ ਹੁਣ ਤਾਂ ਬਹੁਤ ਹਨੇਰਾ ਹੋ ਗਿਆ, ਟਾਈਮ ਬਹੁਤ ਹੋ ਗਿਆ ਵੀ ਹੁਣ ਤਾਂ ਉਹ ਦਰਵਾਜ਼ੇ ਉੱਥੇ ਕੋਈ ਸੇਵਾਦਾਰ ਰਹਿੰਦਾ ਅਤੇ ਉਹ ਬੰਦ ਕਰਕੇ ਚਲਿਆ ਜਾਂਦਾ ਵੀ ਹੁਣ ਨਹੀਂ ਮਿਲਣਾ ਹੈ ਉੱਥੇ, ਉੱਤੇ ਤਾਂ ਜਿੰਦੇ ਲੱਗੇ ਹੋਣਗੇ ਬੰਦ ਹੋਵੇਗਾ ਵੀ ਤੁਸੀਂ ਨਾ ਜਾਓ ਉੱਧਰ ਤਾਂ ਚੰਗਾ। ਇੰਨੇ ਨੂੰ ਜਦੋਂ ਉਹਨੇ ਇਹ ਗੱਲ ਆਖੀ ਅਤੇ ਭਾਈ ਹਰਦੀਪ ਸਿੰਘ ਕਹਿਣ ਲੱਗਿਆ ਵੀ ਹੁਣ ਕੀ ਕਰਨਾ, ਵੀ ਉਹ ਜਾਣਾ ਉੱਧਰ ਨੂੰ ਜਾਂ ਨਹੀਂ ਜਾਣਾ, ਵੀ ਇਹ ਹਨੇਰਾ ਤਾਂ ਬਹੁਤ ਪੈ ਗਿਆ ਉੱਥੇ ਕੋਈ ਹੋਣਾ ਨਹੀਂ ਹੈ। ਇੰਨੇ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੁਕਮਨਾਮਾ ਸਾਹਿਬ ਦੀ ਆਵਾਜ਼, ਪਾਠ ਦੀ ਆਵਾਜ਼ ਕੰਨਾਂ ਦੇ ਵਿੱਚ ਪਈ, ਭਾਵੇਂ ਕਿ ਉਹਦੇ ਅਰਥ ਗੁਰਬਾਣੀ ਦੇ ਮੁਤਾਬਕ ਉਸ ਸ਼ਬਦ ਦੇ ਮੁਤਾਬਕ ਕੁਝ ਹੋਰ ਹੋ ਸਕਦੇ ਹੈ, ਪਰ ਸੰਤਾਂ ਦਾ ਨਾਮ ਗੁਰਬਚਨ ਸਿੰਘ ਸੀ ਅਤੇ ਹੁਕਮਨਾਮੇ ਦੀ ਆਵਾਜ਼ ਇੱਕ ਪੰਗਤੀ ਦਾਸ ਦੇ ਕੰਨਾਂ ਵਿੱਚ ਪਈ, ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ। ਜਿਹੜੇ ਤਿੰਨੇ ਤਾਪ ਹਨ, ਮਨ ਦੇ ਰੋਗ ਹੈ ਜਿਹੜੇ ਆਦਿ ਵਿਆਦ ਉਪਾਦ ਆਦਿਕ, ਗੁਰੂ ਦੇ ਬਚਨਾਂ ਨਾਲ ਨਾਸ ਹੋ ਜਾਂਦੇ ਹੈ ਔਰ ਮਨ ਇੱਛੇ ਫਲ ਦੀ ਪ੍ਰਭੂ ਪ੍ਰਾਪਤੀ ਹੋ ਜਾਂਦੀ ਹੈ। ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ, ਜਦੋਂ ਇਹ ਆਵਾਜ਼ ਕੰਨਾਂ 'ਚ ਪਈ ਤਾਂ ਹਰਦੀਪ ਸਿੰਘ ਨੂੰ ਮੈਂ ਕਿਹਾ ਵੀ ਇਹ ਬੰਦਾ ਜੋ ਬੋਲਦਾ ਇਹਦੇ ਵੱਲ ਖਿਆਲ ਕਰਨ ਦੀ ਬਜਾਏ ਮਹਾਰਾਜ ਹੁਕਮਨਾਮੇ 'ਚ ਕਹਿ ਰਹੇ ਆ ਵੀ ਮਨ ਇੱਛੇ ਫਲ ਮਿਲ ਜਾਂਦੇ ਆ, ਗੁਰੂ ਬਚਨੀ ਭਾਵ ਸੰਤਾਂ ਦਾ ਨਾਉਂ ਵੀ ਵਿੱਚ ਸੰਕੇਤਕ ਰੂਪ ਦੇ ਵਿੱਚ ਆਪਾਂ ਨੂੰ ਮਿਲ ਰਿਹਾ ਹੈ। ਆਪਾਂ ਨੂੰ ਜਾਣਨਾ ਚਾਹੀਦਾ ਮਨ ਇੱਛੇ ਫਲ ਦੇਣ ਵਾਲੇ ਵਾਹਿਗੁਰੂ ਪਰਮੇਸ਼ਰ ਜੀ ਹੈ, ਰੱਬ ਦੇ ਪਿਆਰੇ ਹਨ। ਸੋ ਮਨ 'ਚ ਭਾਵਨਾ ਰੱਖ ਕੇ ਅਸੀਂ ਉਹਨਾਂ ਦੇ ਘਰ ਵੱਲ ਨੂੰ ਤੁਰੇ ਗਏ। ਜਦੋਂ ਜਾ ਕੇ ਦੇਖਿਆ ਤਾਂ ਦਰਵਾਜ਼ੇ ਖੁੱਲ੍ਹੇ ਆ ਅਤੇ ਸੇਵਾਦਾਰ ਉਹਨਾਂ ਦੇ ਅਸਥਾਨ ਦੇ ਉੱਤੇ ਬੈਠਾ ਹੈ। 8 ਵਜੇ ਦਾ ਸਮਾਂ ਹੋ ਗਿਆ ਹੁਣ, ਅਤੇ ਜਦੋਂ ਜਾ ਕੇ ਉੱਥੇ ਦਰਸ਼ਨ ਪਰਸੇ, ਉਸ ਅਸਥਾਨ ਨੂੰ ਜਾ ਕੇ ਨਮਸਕਾਰ ਕੀਤੀ ਜਿੱਥੇ ਉਹਨਾਂ ਨੇ ਬੰਦਗੀ ਕੀਤੀ, ਰਹਿਣ ਬਸੇਰਾ ਕੀਤਾ, ਆਪਣਾ ਜੀਵਨ ਗੁਜ਼ਾਰਿਆ ਬੰਦਗੀ ਕਰਕੇ। ਜਦੋਂ ਉੱਥੇ ਬੈਠੇ ਉਸ ਸੇਵਾਦਾਰ ਨੂੰ ਮਿਲੇ ਅਤੇ ਗੱਲ ਕੀਤੀ ਵੀ ਸਾਨੂੰ ਕਿਸੇ ਨੇ ਕਹਿ ਦਿੱਤਾ ਸੀ ਵੀ ਇਸ ਟਾਈਮ ਤਾਂ ਇੱਥੇ ਸੇਵਾਦਾਰ ਹੁੰਦਾ ਨਹੀਂ ਕੋਈ। ਉਹ ਕਹਿਣ ਲੱਗਿਆ ਵੀ ਮੈਂ ਅੱਗੇ ਤਾਂ ਬਹੁਤ ਪਹਿਲਾਂ ਚਲੇ ਜਾਂਦਾ, ਅੱਜ ਪਤਾ ਨਹੀਂ ਮਨ 'ਚ ਕੀ ਗੱਲ ਆਈ ਕੀ ਨਹੀਂ ਆਈ ਵੀ ਇੱਥੇ ਹੀ ਬੈਠਾ ਮੈਂ, ਅੱਜ ਕਿਸੇ ਕਾਰਨ ਕਰਕੇ ਮੈਂ ਇੱਥੇ ਬੈਠੇ ਨੇ ਪਾਠ ਸ਼ੁਰੂ ਕਰ ਲਿਆ, ਪਾਠ ਕਰਦਿਆਂ ਕਰਦਿਆਂ ਬੈਠਿਆ ਉਹ ਸਮਾਂ ਲੰਘ ਗਿਆ ਅਤੇ ਕਾਰਨ ਕੋਈ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ, ਅੱਗੇ ਤਾਂ ਇਸ ਟਾਈਮ ਤੱਕ ਮੈਂ ਕਦੇ ਇੱਥੇ ਹੁੰਦਾ ਨਹੀਂ ਹਾਂ। ਚਲੋ ਮਨ ਅੰਦਰ ਇਹ ਭਾਵਨਾ ਇਹ ਵਿਸ਼ਵਾਸ ਦ੍ਰਿੜ ਹੋ ਗਿਆ ਵੀ ਰੱਬ ਦੇ ਪਿਆਰੇ ਸਰੀਰਕ ਰੂਪ ਵਿੱਚ ਭਾਵੇਂ ਸਾਡੇ ਅੰਦਰ ਕੋਲ ਨਾ ਹੋਣ, ਸਾਨੂੰ ਨਜ਼ਰ ਨਾ ਆਉਣ, ਪਰ ਉਹ ਮਨ ਦੀਆਂ ਭਾਵਨਾਵਾਂ ਪੂਰਨ ਕਰਨ ਵਾਸਤੇ ਸਦਾ ਹੀ ਆਤਮਕ ਸਰੂਪ ਦੇ ਵਿੱਚ ਇਸ ਜਗਤ ਵਿੱਚ ਸੁਭਾਏਮਾਨ ਰਹਿੰਦੇ। ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸੋ ਸਤਿਗੁਰੂ ਬਚਨ ਸਿੰਘ ਜੀ ਸਹੌਲੀ ਵਾਲੇ ਮਹਾਂਪੁਰਖ ਜਿਹੜੇ ਆ ਥਾਂ ਬੰਦਗੀ ਉਹਨਾਂ ਦੀ ਗੁਪਤ ਰੂਪ ਵਿੱਚ ਰਹੇ, ਬਹੁਤਾ ਪਿਛਲੀ ਉਮਰੇ ਜਾ ਕੇ ਨਗਰ ਦੇ ਲੋਕਾਂ ਨੂੰ ਪਤਾ ਲੱਗਿਆ ਸੀ ਵੀ ਇਹ ਕੋਈ ਵੱਡੀ ਹਸਤੀ ਹਨ, ਬੰਦਗੀ ਵਾਲੇ ਪੁਰਖ ਹਨ। ਸਰਾਭੇ ਨਗਰ ਵਿੱਚ ਉਹਨਾਂ ਦਾ ਆਮ ਤੌਰ 'ਤੇ ਆਉਣ ਜਾਣ ਸੀ। ਸੁੱਚਾ ਸਿੰਘ ਨਾਂ ਦੇ ਇੱਕ ਬਜ਼ੁਰਗ ਸੀ, ਦਾਸ ਦਾ ਸੁਭਾਅ ਰਿਹਾ ਸ਼ੁਰੂ ਤੋਂ ਲੈ ਕੇ ਬਚਪਨ ਵਿੱਚ, ਸਕੂਲੋਂ ਆ ਕੇ ਬੈਗ ਘਰ ਵਿੱਚ ਰੱਖਣਾ ਅਤੇ ਬਜ਼ੁਰਗਾਂ ਦੀ ਸੰਗਤ ਕਰਨੀ, ਬਜ਼ੁਰਗਾਂ ਕੋਲ ਬਹਿ ਜਾਣਾ ਅਤੇ ਭਾਈ ਸੁੱਚਾ ਸਿੰਘ ਬਾਬੇ ਸੁੱਚਾ ਸਿੰਘ ਦੇ ਕੋਲ ਜਾ ਕੇ ਬਹਿ ਕੇ ਗੱਲਾਂ ਸੁਣਨੀਆਂ। ਕਾਰਨ ਇਹ ਸੀ ਵੀ ਸੰਤਾਂ ਦੀ ਸੰਗਤ ਉਹਨਾਂ ਨੇ ਕੀਤੀ ਸੀ, ਇੱਛਾ ਸੀ ਵੀ ਕੋਈ ਨਾ ਕੋਈ ਗੱਲ ਵੀ ਸੰਤਾਂ ਦੇ ਜੀਵਨ ਦੀ ਉਹਦੇ ਕੋਲ ਉਹਨਾਂ ਕੋਲੋਂ ਮਿਲੇਗੀ ਵੀ ਉਹਨਾਂ ਨਾਲ ਵਰਤਦੇ ਰਹੇ ਆਉਂਦੇ ਜਾਂਦੇ ਰਹੇ ਆ। ਬਾਬਾ ਸੁੱਚਾ ਸਿੰਘ ਜਿਹੜਾ ਸੀ ਉਹਨਾਂ ਦਾ ਜੀਵਨ ਇੱਦਾਂ ਸੀ ਵੀ ਜੇ 100 ਚੋਂ 75% ਗੱਲਾਂ ਜਿਹੜੀਆਂ ਉਹਨਾਂ ਨੇ ਦੁਨਿਆਵੀ ਕਰਨੀਆਂ ਇੱਧਰ ਉੱਧਰ ਦੀਆਂ ਕਰਨੀਆਂ, 25% ਗੱਲਾਂ ਉਹਨਾਂ ਨੇ ਬਹੁਤ ਕੋਈ ਕੰਮ ਦੀਆਂ ਗੱਲਾਂ ਇਹੋ ਜਿਹੀਆਂ ਦੱਸ ਦੇਣੀਆਂ ਸੰਤਾਂ ਦੇ ਜੀਵਨ ਵਿੱਚੋਂ ਜਾਂ ਕੁਛ ਪੁਰਾਣੀਆਂ ਗੱਲਾਂ ਜਿਹੜੀਆਂ ਬਜ਼ੁਰਗਾਂ ਕੋਲੋਂ ਮਿਲ ਜਾਂਦੀਆਂ ਉਹਨਾਂ ਕੋਲੋਂ ਮਿਲ ਜਾਣੀਆਂ ਸੁਣਨ ਨੂੰ। ਸੋ 25% ਜਿਹੜੀਆਂ ਤੱਤ ਦੀਆਂ ਗੱਲਾਂ ਹੁੰਦੀਆਂ ਸੀ ਉਹ ਲੈਣ ਵਾਸਤੇ ਦਾਸ ਨੇ ਚੌਂਤੇ ਦੇ ਉੱਤੇ ਇੱਕ
थड़े दे उत्ते उन्हां दे कोल बैठे रहना। जदों मैं उन्हां दीआं गल्लां सुणनीआं बाबे सुच्चा सिंह दीआं 75% गल्लां तां इधर उधर दीआं करदे आ वी संत इन्हां कोल चल के काहदे लई आउंदे सी, एड्डी वड्डी हस्ती होण बंदगी वाले होण सहौली पिंड तों चल के ते बाबे सुच्चा सिंह होना कोल आउण वाला कोई गुण तां नज़र नहीं आउंदा वी एड्डा कोई खास गुण तां बई पैदल चल के आना। आपां कहिंदे आ रब दे प्यारे कोल पैदल चल के जाना, एक एक कदम चल के जाना बहुत वड्डा पुन मिलदा है। ब्रह्म ज्ञानी आप जी दे कोल चल के आउंदे हुण कोई तां कारण होवेगा ना। ते बाबे सुच्चा सिंह होना दी घरवाली दा नाम सी नसीब कौर, उहनां दे कोल मैं संतां दी गल करनी ते उहनां ने इक कहिंदिआं कहिंदिआं गल दसी, कहिंदे संतां ने जदों इत्थे घरे आउणा ना ते खुंडा खड़काउणा अपना, कहिंदे बहि जाणा ते कहिंदे उहनां ने इक गल कहिणी, कहिणा वी मैं इत्थे आउणा सुच्चा सिंह कोल सुच्चा होण वास्ते, नसीब कौर दे कोलों अपने नसीब लवाउण वास्ते आउणा। वी एड्डी वड्डी गल उहनां ने कहिणी, नाले तां आप गुरमुख प्यारे रब्बी रंगी रूह है, पर फिर भी उन्होंने कहना भी मैं तुहाडे कोल नसीब कौर कोलों अपने नसीब लवाउण ते सुच्चा सिंह कोल सुच्चा होण वास्ते आउणा, भाव परदा रख के वडियाई उन्होंने दे देनी। ते दास ने बहुत बार सोचना भी इहो जिहा की कारण होवेगा भी जिहड़ा इन्नी इन्हां नूं वडियाई दित्ती कृपा कीती, बहुत सारियां निशानियां संतां ने उन्हां नूं दित्तियां होईयां सी अपनियां, अपनी तस्बी माला अपना खुंडा और रुमाल अनेक तरह दीआं वस्तुआं। सो समा पै के किसी सज्जण ने गुरमुख ने जिन्हें संतां सहौली वालिआं दे दर्शन किए हुए सी उन्हां नाल मेल मिलाप होया सी उहदा, ते उहने दसी गल भी संत सहौली वाले कहिंदे हुंदे सी, कहिंदे कहिंदे भाई सुच्चा सिंह सराभे वाला जिहड़ा ना साडा पिछले जन्मां दा मित्र है, साडा साथी है, भी इहनूं असीं जिवें मर्जी करिए भी इहनूं इहदा असीं उधार करना, इहनूं नाल लै के जाणा है, भी इहनूं इत्थे रुलण नहीं देणा, इहनूं भटकण नहीं देणा, भी इह साडा मित्र है, इस करके असीं इहदा प्रेम करदे हां, इहदे कोल आउंदे हां। ते उहदा जिहड़ा रब्बी वरतारा दास ने अखीं देखिआ वी पिछली उम्र जिहड़ा सुच्चा सिंह सी ना बजुर्ग, उहदा जीवन देखिआ वी संतां ने उहदे उधार वास्ते विध की बणाई, वी बहुता समां उहने गुटका साहिब लै के सुखनी साहिब ही करी जाणा। ते दास नाल गल्लां करदिआं करदिआं इक दिन कहिण लग्गिआ, कहिंदा वी मैं इक गल दसणी आ, वी मैनूं इह नहीं पता वी उह चंगी गल है जां माड़ी गल है, मैं कहा जी दसो। ते कहिण लग्गिआ वी इदां करके ना सुखनी साहिब पढ़न दे नाल कहिंदा इन्ना कि सुखनी साहिब दे अक्खर मेरे अखां च वस गए वी जे मैं रात नूं बाथरूम विशा करन वास्ते वी उठदा तां कंधां दे उत्ते बाणी लिखी हुई दिखदी है, कंधां दे उत्ते वी सुखनी साहिब लिखिआ होया उह अखां दे विच उदां ही छप जांदा, उदां ही नज़र आउंदा लिखिआ होया दिखदा, वी इह चंगी गल है जां माड़ी गल है। मैं छोटा सी उदों मैं कहा जी हुण इस बारे मैनूं तां कोई ज्ञान नहीं है, पर जे बाणी है बाणी अंदर वसी होवेगी तां नेत्रां च वसदी है, मन अंदर वसी होवे तां उहदे चलकारे पैंदे आ, वी हुणे महाराज साहिब जी जानण। तो उस गल तों थोड़े समय बाद उहनां दा शरीर छुट गया ते दास नूं इह गल समझ आई वी संतां ने आख्या वी साडा पिछले जन्मां दा मित्र है, बिल्ली है, इहदी संभालणा असीं आप करनी आ। उह बाबे सुच्चा सिंह दा अखीरला समां उहनां ने वेखो इदां संभालिया, उन्हां दे कोलों सुखनी साहिब दे जाप ही इन्ने करा दिते वी अखर अखर बाणी दा छपिया होया हर थां दे उत्ते नज़र आउणा शुरू कर दिता, भावें कि उन्हां दी दुनियावी विरती बहुत ही सी, बहुते विचार दुनियावी विकारी और संसारी ख्यालां वाले सी, पर पिछली उमरे अपने मित्र की मित्रता ही निभाउण वास्ते संतां ने अपने मित्र दे कोलों इन्ने क जाप कराए वी उहदा वी कल्याण कर दिता, उहदा वी उधार कर दिता। ओए जी बंदे विछड़ा ओए मोया ना जाही छोड़, महाराज साहब जी कहिंदे भाई दुनियावी जिहड़े रिश्ते है तां जिउंदे जी छड़ जांदे आ, जिहड़े रब दे प्यारे आ उह मर के वी साथ निभाउंदे, मित्रता ही नहीं छड़दे हन। इस प्रकार बहुत सारे इदां दे होर भी गुरमुख प्यारे देखे, एक बाबा संता सिंह जी होए सराभे तों, उहनां दा पिछा सियाड़ पिंड दा सी, सियाड़ वाले महापुरख बाबा मीहां सिंह जी होए आ महापुरख, अत्यंत कमाई वाली रूह बंदगी वाली रूह होए आ। ते बाबे संता सिंह दे कोल जदों संतां दी गल करनी, कोई सियाड़ वाले संतां दी गल करनी वी कोई गल सुणाओ तां जिवें एक माण जिहा हो जांदा ना, अखां च चमक आ जांदी है किसी बंदे दे अंदर वी साडे संत साडे बाबा जी, ते उहने गल्लां सुणाउणियां ज्यों शुरू करनियां सवेर तों शाम तक, साडे बाबा जी इदां साडे बाबा जी इदां, अखां च चमक आ के ते जीव जिहड़ी आ ना जिवें स्वाद लैंदी हुंदी गल दा, अपने
ਸੰਤਾਂ ਦੀ ਗੱਲ ਕਰਕੇ ਤੇ ਇਦਾਂ ਉਹਨਾਂ ਨੇ ਥੱਕਣਾ ਨਾ ਗੱਲਾਂ ਕਰਦਿਆਂ। ਜਦੋਂ ਅੰਤ ਸਮਾਂ ਆਇਆ ਬਾਬੇ ਸੰਤਾਂ ਸਿੰਘ ਦਾ, 66 ਵਾਲੇ ਮਹਾਂਪੁਰਖ ਤਾਂ ਬਹੁਤ ਸਮਾਂ ਪਹਿਲਾਂ ਸਰੀਰ ਛੱਡ ਗਏ ਸੀ, ਪਰ ਬਾਬੇ ਸੰਤਾਂ ਸਿੰਘ ਦਾ ਉਹਨਾਂ ਨਾਲ ਪ੍ਰੇਮ ਇੰਨਾ ਰਹਿ ਗਿਆ, ਕਹਿ ਲਓ ਪ੍ਰੀਤ ਦੀ ਰੀਤ ਐਸੀ ਮਹਾਂਪੁਰਖਾਂ ਨੇ ਨਿਭਾਈ। ਜਦੋਂ ਅੰਤ ਸਮਾਂ ਆਇਆ ਬਾਬੇ ਸੰਤਾਂ ਸਿੰਘ ਦਾ, ਤਾਂ ਉਹ ਜਿਹੜਾ ਸੰਤਾਂ ਸਿੰਘ ਸੀ ਨਾ, ਅੰਤ ਸਮਾਂ ਜਦੋਂ ਆਇਆ ਸਰਾਭੇ ਤੋਂ ਚੱਲ ਕੇ 66 ਪਹੁੰਚ ਗਿਆ। 66-68 ਦੇ ਅੰਦਰ ਜਾ ਕੇ ਉੱਥੇ ਆਪਣਾ ਸਮਾਗਮ ਚੱਲ ਰਿਹਾ ਸੀ ਅਤੇ ਉੱਥੇ ਜਾ ਕੇ ਆਪਣਾ ਸਰੀਰ ਛੱਡ ਦਿੱਤਾ, ਉੱਥੇ ਆਪਣੇ 5 ਭੂਤਕ ਸਰੀਰ ਦਾ ਤਿਆਗ ਕਰ ਦਿੱਤਾ। ਭਾਵ ਮਹਾਂਪੁਰਖਾਂ ਨੇ ਆਪਣੇ ਜਾਣ ਤੋਂ ਬਾਅਦ ਵੀ ਆਪਣੇ ਸੰਗੀ ਦੀ, ਆਪਣੇ ਸਾਥੀ ਦੀ ਸੰਭਾਲਣਾ ਕੀਤੀ, ਉਹਦੀ ਕਲਿਆਣ ਕੀਤੀ। ਸੋ ਇਉਂ ਜਿਹੜੇ ਰੱਬ ਦੇ ਪਿਆਰੇ, ਹਰ ਕੇ ਸੰਤ ਪਰੇ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਏ, ਨਾਨਕੀਹਾ ਸੁੱਖ ਆਗਿਆ ਮੁੱਖ ਊਜਲ, ਸੰਗ ਸੰਤਨ ਕੈ ਪਾਈਏ। ਰੱਬ ਦੇ ਪਿਆਰੇ ਇਉਂ ਸੰਭਾਲਣਾ ਕਰਦੇ। ਇੱਦਾਂ ਹੀ ਸੰਤ ਬਾਬਾ ਮਹਾਂ ਸਿੰਘ ਜੀ 66 ਵਾਲੇ ਮਹਾਂਪੁਰਖਾਂ ਦੇ ਇੱਕ ਸੰਗੀ ਹੋਏ, ਉਹ ਵੀ ਸਰਾਭੇ ਹੀ ਰਹਿੰਦੇ ਰਹੇ, ਦਾਸ ਨੇ ਦੇਖੇ ਇਹ ਸਾਰੀਆਂ ਗੱਲਾਂ ਉਹਨਾਂ ਦੀਆਂ ਜਿਨ੍ਹਾਂ ਨੂੰ ਅੱਖੀਂ ਦੇਖਿਆ। ਬਾਬੇ ਸੁੱਚਾ ਸਿੰਘ ਨੂੰ ਅੱਖੀਂ ਦੇਖਿਆ, ਬਾਬੇ ਸੰਤਾ ਸਿੰਘ ਨੂੰ ਅੱਖੀਂ ਦੇਖਿਆ, ਔਰ ਸੂਬੇਦਾਰ ਸ਼ਿਆਮ ਸਿੰਘ ਇੱਕ ਗੁਰਮੁਖ ਰੂਹ ਰੱਬ ਰੰਗੀ ਰੂਹ ਦੇਖੇ ਆ। ਜਿਹੜਾ ਮਹਾਂਪੁਰਖਾਂ ਦਾ ਸੰਗ ਅਸਲ ਵਿੱਚ ਜੇ ਕਿਸੇ ਨੇ ਕੀਤਾ ਹੋਵੇ, ਉਹਦੇ ਜ਼ਿੰਦਗੀ ਵਿੱਚੋਂ ਝਲਕਾਰਾ ਪੈ ਜਾਂਦਾ ਵੀ ਇਹਨੂੰ ਕਿਸੇ ਨਾਮ ਰੰਗੀ ਰੂਹ ਦੀ ਸ਼ੋਹ ਪ੍ਰਾਪਤ ਹੋਈ ਆ। ਸੂਬੇਦਾਰ ਸ਼ਿਆਮ ਸਿੰਘ ਨੂੰ ਜਦੋਂ ਦੇਖਣਾ, ਬਹੁਤ ਸ਼ਾਂਤ ਸੁਭਾਅ, ਨੀਵੀਂ ਪਾ ਕੇ ਰੱਖਣੀ, ਕੀਰਤਨ ਕਰਦੇ ਆ, ਪਿੱਛੇ ਆ ਕੇ ਉਹਨਾਂ ਨੇ ਚੁੱਪ ਕਰਕੇ ਬਹਿ ਜਾਣਾ ਅਤੇ ਕੀਰਤਨ ਵਿੱਚ ਬੋਲਣਾ। ਇਉਂ ਬਿਰਧ ਅਵਸਥਾ ਹੁੰਦੀ ਗਈ, ਜਦੋਂ ਜਾਣਾ ਕਿਤੇ ਦੇਖਣਾ ਘਰੇ ਬੈਠਿਆਂ ਉਹਨਾਂ ਨੂੰ, ਤਾਂ ਚੁੱਪ ਕਰਕੇ ਆਪਣਾ ਸਿਮਰਨ ਕਰੀ ਜਾਣਾ, ਨੀਵੀਂ ਪਾ ਕੇ ਰੱਖਣੀ। ਜਿਹਦੀ ਅੱਖਾਂ ਸੰਭਲ ਗਈਆਂ ਉਹ ਨਿਸ਼ਾਨੀ ਆ ਵੀ ਉਹਦਾ ਮਨ ਵੀ ਬਹੁਤ ਆਤ ਹੱਦ ਵਿੱਚ ਟਿਕਿਆ ਹੋਵੇਗਾ। ਜਿਹਦੀਆਂ ਅੱਖਾਂ ਹੀ ਨਹੀਂ ਟਿਕੀਆਂ ਇੱਧਰ ਉੱਧਰ ਦੇਖਦੀਆਂ, ਇਹ ਨਿਸ਼ਾਨੀ ਆ ਵੀ ਜਿਹਦੀਆਂ ਅੱਖਾਂ ਚੰਚਲਤਾਈ ਵਿੱਚ ਆ, ਉਹਦਾ ਮਨ ਟਿਕ ਨਹੀਂ ਸਕਦਾ ਹੈ, ਭਾਵੇਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹਾਈ ਜਾਵੇ। ਅੱਖਾਂ ਇਸ ਗੱਲ ਦੀ ਸੂਚਨਾ ਦਿੰਦੀਆਂ ਵੀ ਇਹਦਾ ਮਨ ਕਿੰਨਾ ਕੁ ਟਿਕਿਆ। ਸੋ ਇਉਂ ਉਹ ਜਿਹੜੇ ਗੁਰਮੁਖ ਪਿਆਰੇ ਸੀ ਨਾ, ਉਹਨਾਂ ਨੇ ਇੱਦਾਂ ਆਪਣੀ ਨੀਵੀਂ ਪਾ ਕੇ ਬਸ ਬੈਠੇ ਰਹਿਣਾ ਅਤੇ ਆਪਣਾ ਭਜਨ ਕਰੀ ਜਾਣਾ, ਭਜਨ ਕਰੀ ਜਾਣਾ। ਉਹਨਾਂ ਦੇ ਜੀਵਨ ਵਿੱਚੋਂ, ਮਹਾਂਪੁਰਖਾਂ ਦੇ ਜੀਵਨ ਦੀ ਸ਼ੋਅ ਇਉਂ ਸਮਝ ਵਿੱਚ ਆਈ, ਸਰੀਰ ਬਜ਼ੁਰਗ ਹੋ ਗਿਆ, ਤੁਰਨਾ ਔਖਾ ਹੋ ਗਿਆ ਉਹਨਾਂ ਨੂੰ, ਅਤੇ ਦਾਸ ਨੇ ਅੱਖੀਂ ਦੇਖਿਆ। ਉਹਨਾਂ ਨੇ ਕੀ ਕਹਿਣਾ, ਆਪਣੇ ਦੋਹਤਿਆਂ ਨੂੰ ਕਹਿਣਾ ਵੀ ਮੈਨੂੰ ਮਹਾਰਾਜ ਦੇ ਦਰਸ਼ਨ ਕਰਾ ਕੇ ਲਿਆਓ, ਦਰਸ਼ਨਾਂ ਬਿਨਾਂ ਮੈਂ ਰਹਿ ਨਹੀਂ ਸਕਦਾ। ਸਾਈਕਲ ਰੋੜ ਕੇ ਜਿੰਨਾ ਚਿਰ ਆਪ ਰੋੜ ਕੇ ਲਿਆ ਸਕਦੇ ਸੀ, ਤਾਂ ਸਾਈਕਲ ਦਾ ਸਹਾਰਾ ਲੈ ਕੇ ਰੋੜ ਕੇ ਗੁਰਦੁਆਰਾ ਸਾਹਿਬ ਆ ਜਾਣਾ ਦਰਸ਼ਨ ਕਰਨੇ ਮਹਾਰਾਜ ਦੇ। ਜਦੋਂ ਸਾਈਕਲ ਰੋੜਨਾ ਵੀ ਔਖਾ ਹੋ ਗਿਆ ਅਤੇ ਆਪਣੇ ਦੋਹਤਿਆਂ ਨੂੰ ਕਹਿਣਾ ਵੀ ਮੈਨੂੰ ਦਰਸ਼ਨ ਕਰਾ ਕੇ ਲਿਆ, ਉਹਨਾਂ ਨੇ ਸਾਈਕਲ ਦੇ ਪਿੱਛੇ ਕੈਰੀਅਰ 'ਤੇ ਬਿਠਾ ਕੇ ਉਹਨਾਂ ਨੂੰ ਲੈ ਕੇ ਆਉਣਾ, ਮਹਾਰਾਜ ਦੇ ਦਰਸ਼ਨ ਕਰਾ ਕੇ ਲੈ ਕੇ ਜਾਣੇ। ਮਹਾਰਾਜ ਸਾਹਿਬ ਦੀ ਬਾਣੀ ਦਾ ਫੈਸਲਾ, ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਗੁਰਸਿੱਖ ਗੁਰੂ ਦੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰੇ ਕੋ, ਕਿਉਂ ਕਰਤ ਬਤਾਵੈ, ਨਾਦ ਕੁਰੰਗ ਕਹਿ ਵਿਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਵਾਸ ਕਾ ਮਿਲਾਪ ਮੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਇੱਦਾਂ ਹੀ ਰੱਬ ਦੇ ਪਿਆਰਿਆਂ ਦੀ ਗੁਰੂ ਦਰਸ਼ਨਾਂ ਨਾਲ ਪ੍ਰੀਤ ਹੁੰਦੀ ਹੈ, ਦਰਸ਼ਨ ਦੇਖ ਕੇ ਹੀ ਉਹਨਾਂ ਦੇ ਮਨ ਨੂੰ ਤ੍ਰਿਪਤੀ ਆਉਂਦੀ ਹੈ, ਰੱਜ ਆਉਂਦਾ। ਸੋ ਉਹ ਜਿਹੜਾ ਗੁਣ ਹੈ, ਉਹ ਬਾਬਾ ਮਹਿਮੀਹਾ ਸਿੰਘ ਜੀ ਮਹਾਂਪੁਰਖ, ਉਹਨਾਂ ਦੀ ਸੰਗਤ ਵਿੱਚੋਂ ਉਹਨਾਂ ਨੂੰ ਰੰਗਤ ਪ੍ਰਾਪਤ ਹੋਈ, ਦਰਸ਼ਨਾਂ ਬਿਨਾਂ ਰਹਿ ਨਹੀਂ ਸੀ ਸਕਦੇ ਹੈ। ਸੋ ਇੱਕ ਤਾਂ ਇਹ ਗੁਰਮੁਖ ਰੰਗੀ ਨਾਮ ਰੰਗੀ ਰੂਹ ਜਿਹੜੀ, ਇਹਦੇ ਦਰਸ਼ਨ ਪ੍ਰਾਪਤ ਹੋਏ। ਇੱਦਾਂ ਹੀ ਸਰਾਭੇ ਨਗਰ ਦੇ ਵਿੱਚ ਇੱਕ ਹੋਰ ਗੁਰਮੁਖ ਪਿਆਰੇ ਹੋਏ, ਜਿਨ੍ਹਾਂ ਦਾ ਨਾਮ ਬਾਬਾ ਆਸਾ ਸਿੰਘ, ਅਤੇ ਛੋਟੇ ਹੁੰਦੇ ਗੁਰਦੁਆਰੇ ਰਹਿੰਦਿਆਂ ਉਹਨਾਂ ਨੂੰ ਦੇਖਿਆ, ਉਹਨਾਂ ਦੀ ਨਿਸ਼ਾਨੀ ਕੀ ਹੁੰਦੀ ਸੀ, ਦੂਰੋਂ ਆਉਂਦਿਆਂ ਦਾ ਪਤਾ ਲੱਗ ਜਾਂਦਾ ਸੀ, ਉੱਚੀ ਆਵਾਜ਼ ਵਿੱਚ ਕਹਿਣਾ ਬੋਲ ਵਾਹਿਗੁਰੂ, ਭਾਵ ਬਹੁਤ ਦੂਰ ਤੋਂ ਇੱਦਾਂ ਆਵਾਜ਼ਾਂ ਦਿੰਦੇ ਆਉਣਾ ਅਤੇ ਪਤਾ ਲੱਗ ਜਾਣਾ ਵੀ ਆਸਾ ਸਿੰਘ ਬਾਬਾ ਆ ਰਿਹਾ, ਅਤੇ ਅਸੀਂ ਕੀਰਤਨ ਕਰਦਿਆਂ ਉਹਨਾਂ ਨੇ ਪਿੱਛੇ ਚਿਮਟਾ ਵਜਾਉਣਾ ਅਤੇ ਬਹੁਤ ਸਮਾਂ ਉਹਨਾਂ ਨੂੰ ਦੇਖਿਆ। ਉਹਨਾਂ ਦੀ ਅਵਸਥਾ ਪਰਖਣ ਵਾਸਤੇ ਇੱਕ ਵਾਰੀ ਦਾਸ ਨੇ ਉਹਨਾਂ ਨੂੰ ਸਵਾਲ ਕੀਤਾ, ਬਾਬੇ ਆਸਾ ਸਿੰਘ ਨੂੰ ਸਵਾਲ ਕੀਤਾ, ਮੈਂ ਕਿਹਾ ਬਾਬਾ ਜੀ ਵੀ ਇੱਕ ਗੱਲ ਦੱਸੋ, ਕਦੇ ਖੰਡ ਖਾਧੀ ਹੈ? ਹੁਣ ਖੰਡ ਤਾਂ ਹੁਣ ਬਜ਼ੁਰਗ ਉਮਰ ਹੋ ਗਈ, ਸਾਰਿਆਂ ਨੇ ਖਾਧੀ ਹੁੰਦੀ ਹੈ, ਇਹ ਸਵਾਲ ਪੁੱਛਣ ਦਾ ਕੋਈ ਤੁੱਕ ਤਾਂ ਬਣਦਾ ਨਹੀਂ, ਮਤਲਬ ਤਾਂ ਬਣਦਾ ਨਹੀਂ ਹੈ, ਪਰ ਇਸ਼ਾਰੇ ਮਾਤਰ ਵਿੱਚ ਦਾਸ ਨੇ ਇਹ ਗੱਲ ਪੁੱਛੀ ਸੀ ਉਹਨਾਂ ਨੂੰ ਵੀ ਕਦੇ ਖੰਡ ਖਾਧੀ ਹੈ, ਅਤੇ ਉਹਨਾਂ ਨੇ ਅੱਗੋਂ ਉਸ ਗੱਲ ਨੂੰ ਸਮਝ ਕੇ ਅਤੇ ਉਸ ਰਮਜ ਦਾ ਅੱਗੋਂ ਰਮਜ ਦੇ ਵਿੱਚ ਹੀ ਜਵਾਬ ਦਿੱਤਾ, ਕਹਿਣ ਲੱਗੇ, ਕਹਿੰਦੇ ਨਿਸ਼ਾਨ ਸਿਆਂ, ਜਦੋਂ ਜੀਭ ਦੇ ਉੱਤੇ ਖੰਡ ਰੱਖੀ ਦੀ ਆ ਨਾ, ਕਹਿੰਦੇ ਬਸ ਫਿਰ ਸਵਾਦ ਰੋਮ ਰੋਮ 'ਚ ਚਲਿਆ ਜਾਂਦਾ। ਜਦ ਇੰਨੀ ਗੱਲ ਕਹੀ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਵੀ ਹਾਂ ਕੁਛ ਗੱਲ ਹੈ, ਕੁਛ ਅੰਸ
ਨਾਮ ਰਸ ਦਾ ਹੈ। ਸਵਾਲ ਦਾਸ ਨੇ ਇਹ ਕੀਤਾ ਸੀ ਵੀ ਜਿਹੜੀ ਨਾਮ ਰੂਪੀ ਬਾਣੀ ਰੂਪ ਅਖੰਡ ਹੈ ਇਹਦਾ ਸਵਾਦ ਵੀ ਆਇਆ, ਇਹਨੂੰ ਖਾਧਾ ਵੀ ਹੈ ਕਦੇ ਕਿ ਉੱਦਾਂ ਹੀ ਪੱਲਾ ਪੜ੍ਹਿਆ ਹੀ ਹੈ। ਉਹਨਾਂ ਨੇ ਕਿਹਾ ਜਦੋਂ ਨਾਮ ਰੂਪੀ ਖੰਡ ਜੀਵ ਉੱਤੇ ਰੱਖੀ ਦੀ ਹੈ ਤਾਂ ਸਵਾਦ ਅੰਦਰ ਤੱਕ ਚਲਿਆ ਜਾਂਦਾ, ਬਸ ਵਿਸਵਾਦ ਹੋ ਜਾਈਦਾ। ਸੋ ਇਹ ਨਿਸ਼ਾਨੀ ਹੁੰਦੀ ਹੈ ਗੁਰਮੁਖ ਪਿਆਰਿਆਂ ਦੀ, ਰੱਬ ਦੇ ਪਿਆਰਿਆਂ ਦੀ ਇਹ ਨਿਸ਼ਾਨੀ ਹੁੰਦੀ ਹੈ। ਇਸੇ ਪ੍ਰਕਾਰ ਬਾਬਾ ਮੀਹਾਂ ਸਿੰਘ ਜੀ ਦੇ ਸਾਥੀ ਹੋਏ ਭਾਈ ਵੀਰ ਸਿੰਘ, ਉਹ ਵੀ ਸਰਾਭੇ ਦੇ ਪਿੰਡ ਦੇ ਰਹਿਣ ਵਾਲੇ ਸੀ। ਬਾਬੇ ਆਨੰਦ ਸਿੰਘ ਮਹਾਂਪੁਰਖ ਕਲੇਰਾਂ ਵਾਲਿਆਂ ਦੇ ਮਗਰ ਮਗਰ ਸੈਂਕਲਾਂ ਅਤੇ ਸਿਆੜ ਵਾਲੇ ਮਹਾਂਪੁਰਖਾਂ ਦੇ ਨਾਲ ਰਲ ਕੇ ਉਹ ਜਾਂਦੇ ਹੁੰਦੇ ਸੀ। ਸਿਆੜ ਵਾਲੇ ਮਹਾਂਪੁਰਖਾਂ ਦੀ ਇੱਥੇ ਠਾਠ ਨੇੜੇ ਹੀ ਹੈ, ਢੈਪੀ ਪਿੰਡ ਦੇ ਵਿੱਚ ਹੈ। ਉੱਥੇ ਬਾਬਾ ਮੀਹਾਂ ਸਿੰਘ ਜੀ ਆਮ ਤੌਰ 'ਤੇ ਆਇਆ ਕਰਦੇ ਸਨ। ਇਹ ਸਰਾਭੇ ਰਿਹਾ ਕਰਦੇ ਸੀ। ਕਹਿੰਦੇ ਰਾਤ ਦਾ ਸਮਾਂ ਅਤੇ ਭਾਈ ਵੀਰ ਸਿੰਘ ਕਹਿੰਦੇ ਉੱਠ ਕੇ ਖੜ੍ਹੇ ਹੋ ਗਏ, ਤਿਆਰ ਹੋ ਗਏ, ਸੋਟਾ ਹੱਥ ਵਿੱਚ ਫੜ ਲਿਆ। ਘਰ ਵਾਲੀ ਕਹਿਣ ਲੱਗੀ, ਕਹਿੰਦੇ ਵੀ ਕਿੱਧਰ ਨੂੰ ਚੱਲੇ ਹੋ? ਉਹ ਕਹਿਣ ਲੱਗੇ ਵੀ ਇੱਦਾਂ ਕਰਕੇ ਠਾਠ ਦੇ ਉੱਤੇ ਨਾ ਜਿਹੜਾ ਸੇਵਾਦਾਰ ਪਹਿਰੇਦਾਰ ਹੈ, ਕਹਿੰਦੇ ਉਹ ਸੁੱਤਾ ਪਿਆ ਆਰਾਮ ਦੇ ਨਾਲ, ਮੈਂ ਉੱਥੇ ਚੱਲਿਆ ਉਹਨੂੰ ਠਾਉਣ ਦੇ ਵਾਸਤੇ, ਉਹਦੇ ਕੋਲ ਚੱਲਿਆ। ਭਾਵ ਇੱਥੇ ਬੈਠਿਆਂ ਉਹਨਾਂ ਨੂੰ ਅੰਤਰ ਜਾਣਤ। ਉੱਧਰ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ ਮਹਾਂਪੁਰਖ ਜਦੋਂ ਅੰਤ ਸਮਾਂ ਆਇਆ ਬਾਬੇ ਵੀਰ ਸਿੰਘ ਹੁਣਾਂ ਦਾ ਨਾ, ਅਤੇ ਇੱਧਰ ਬਾਬੇ ਵੀਰ ਸਿੰਘ ਨੇ ਸਰੀਰ ਛੱਡ ਦਿੱਤਾ, ਉੱਧਰ ਸੰਤ ਦੀਵਾਨ ਲਾ ਕੇ ਹਟੇ ਸੀ। ਦੀਵਾਨ ਲਾਉਣ ਤੋਂ ਬਾਅਦ ਸੰਤ ਕਦੇ ਕਿਸੇ ਤੋਂ ਕੋਈ ਚੀਜ਼ ਲੈਂਦੇ ਨਹੀਂ ਸੀ ਹੁੰਦੇ। ਸੰਗਤ ਨੇ ਪੱਗ ਦਿੱਤੀ ਅਤੇ ਸੰਤਾਂ ਨੇ ਉਹ ਪੱਗ ਫੜ ਲਈ। ਸੇਵਾਦਾਰ ਹੈਰਾਨ ਹੋ ਗਏ ਵੀ ਇਹਨਾਂ ਨੇ ਪੱਗ ਕਿਵੇਂ ਲੈ ਲਈ ਹੈ, ਵੀ ਊਂ ਤਾਂ ਸੰਤ ਕਦੇ ਕੁਛ ਲੈਂਦੇ ਨਹੀਂ ਹੈ। ਉਹ ਕਹਿੰਦੇ ਵੀ ਇਹ ਪੱਗ ਸੰਭਾਲ ਕੇ ਰੱਖ ਲਓ, ਸਰਾਭੇ ਬਾਬਾ ਵੀਰ ਸਿੰਘ ਜਿਹੜਾ ਨਾ ਉਹ ਚੜ੍ਹਾਈ ਕਰ ਗਿਆ, ਇਹ ਪੱਗ ਆਪਾਂ ਉਹਨਾਂ ਦੇ ਉੱਤੇ ਜਾ ਕੇ ਪਾਉਣੀ ਹੈ। ਅਤੇ ਉਹੀ ਗੱਲ ਹੋਈ, ਇੱਧਰ ਬਾਬਾ ਵੀਰ ਸਿੰਘ ਚੜ੍ਹਾਈ ਕੀਤਾ ਹੋਇਆ ਸੀ, ਮਹਾਂਪੁਰਖ ਪਹੁੰਚੇ, ਉਹਨਾਂ ਨੂੰ ਪੱਗ ਉਹਨਾਂ ਨੇ ਦਿੱਤੀ, ਫਿਰ ਸਰੀਰ ਦੇ ਉੱਤੇ ਪਾਈ ਆ ਕੇ। ਸੋ ਇਉਂ ਰੱਬ ਦੇ ਪਿਆਰੇ ਜਿਹੜੇ ਹੁੰਦੇ ਨਾ, ਗੁਰਮੁਖ ਪਿਆਰੇ, ਬ੍ਰਹਮ ਗਿਆਨੀ, ਸੰਤ ਜਨ, ਉਹਨਾਂ ਦੀ ਇੱਕ ਗੱਲ ਇਹ ਵੀ ਉਹ ਕਦੇ ਮਰਦੇ ਨਹੀਂ, ਸਦਾ ਹੀ ਰਹਿੰਦੇ ਆ। ਦੂਸਰਾ, ਜਿਨ੍ਹਾਂ ਨਾਲ ਵੀ ਉਹ ਪ੍ਰੇਮ ਕਰਦੇ, ਜਿਨ੍ਹਾਂ ਨਾਲ ਵੀ ਉਹ ਸਾਥ ਕਰਦੇ ਆ, ਤਾਂ ਉਹ ਦੁਨਿਆਵੀ ਲੋਕਾਂ ਵਰਗਾ ਸਾਥ ਨਹੀਂ ਹੋਇਆ ਕਰਦਾ, ਉਹ ਇੱਥੇ ਵੀ ਅਤੇ ਅੱਗੇ ਵੀ ਸੰਭਾਲਣਾ ਕਰਦੇ ਆ, ਸਦਾ ਹੀ ਆਪਣੇ ਪਿਆਰਿਆਂ ਦਾ, ਆਪਣੇ ਸੰਗੀਆਂ ਦਾ ਸਾਥ ਦਿਆ ਕਰਦੇ ਹਨ। ਐਸੇ ਗੁਰਮੁਖ ਪਿਆਰੇ ਹੋਇਆ ਕਰਦੇ ਆ ਭਾਈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਪਾਂ ਰੋਜ਼ ਹੀ ਬੇਨਤੀ ਕਰਦੇ ਹਾਂ, ਸਹੀ ਪਿਆਰੇ ਮਿਲੋ, ਜਿਨ ਮਿਲਿਆ ਆਪ ਜੀ ਦਾ ਹੀ ਨਾਮ ਚਿੱਤ ਆਵੇ। ਇਸ ਕਰਕੇ ਕਿਹਨਾਂ ਦਾ ਨਾਮ ਚਿੱਤ ਆਵੇ? ਮਹਾਰਾਜ ਕਹਿੰਦੇ ਜਿਹੜੇ ਪੱਕੇ ਸੰਤ ਹਨ ਉਹਨਾਂ ਦਾ ਸਾਥ ਮਿਲੇ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹਨਾਂ ਦੇ ਸੰਗ ਕਰਕੇ ਚਿੱਤ ਵਿੱਚ ਆਵੇ, ਨਾਮ ਦਾ ਰੰਗ ਔਰ ਸਾਧੂ ਦਾ ਸੰਗ ਪ੍ਰਾਪਤ ਹੋਵੇ, ਜਿਹਨੂੰ ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜਾ ਹੈ ਓਏ ਮੋਇਆ ਨਾ ਜਾਹੀ ਛੋੜ। ਹੋਰ ਵੀ ਬਹੁਤ ਗੁਰਮੁਖ ਪਿਆਰੇ ਜਿਨ੍ਹਾਂ ਦਾ ਜ਼ਿਕਰ ਕਰਨਾ ਛੋਟੀ ਜਿਹੀ ਵੀਡੀਓ ਦੇ ਵਿੱਚ ਸੰਭਵ ਨਹੀਂ ਹੈ। ਬਹੁਤ ਅਨੇਕਾਂ ਕੌਤਕ ਰੱਬੀ ਰੰਗੀਆਂ ਰੂਹਾਂ ਦੇ ਦਰਸ਼ਨ ਪਰਸਨ ਕਰਨ ਦਾ ਸੁਭਾਗ ਮਿਲਿਆ, ਉਹਨਾਂ ਦੇ ਨਾਲ ਰਹਿ ਕੇ ਬਹੁਤ ਕੌਤਕ ਦੇਖੇ ਹੈ। ਸਮਾਂ ਪਾ ਕੇ ਜੇ ਫਿਰ ਕਿਤੇ ਸਮਾਂ ਬਣਿਆ ਵਿਚਾਰਾਂ ਕਰਦੇ ਰਹਾਂਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ ਸਾਨੂੰ ਸਾਰਿਆਂ ਨੂੰ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ, ਨਾਮ ਦਾ ਪਿਆਰ, ਨਾਮ ਜਪ ਦਾ ਉੱਦਮ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਬਖਸ਼ ਕੇ ਨਵਾਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦ੍ਰਿਸ਼ਟੀ ਰੱਖਦੇ ਆ ਆਪਣੇ ਇੱਕ ਗੱਲ, ਵੱਡੀ ਗੱਲ ਇਹ ਵੀ ਆਪਣੇ ਸੰਗੀ ਤੇ ਦ੍ਰਿਸ਼ਟੀ ਰੱਖਦੇ ਆ। ਕਮਾਲ ਦੀ ਗੱਲ ਇਹ ਹੈ ਵੀ ਕਿੱਥੇ ਬੈਠੇ, ਇੱਥੇ ਆ ਜਾਂ ਦਰਗਾਹ 'ਚ, ਕਿੱਥੇ ਉਹ ਇਸ ਟਾਈਮ ਕੀ ਵਰਤਾਰਾ ਵਰਤਾ ਰਹੇ ਆ, ਪਰ ਉਹਨਾਂ ਦਾ ਸੰਗੀ ਕਦੋਂ ਸਰੀਰ ਛੱਡਣਾ, ਕਦੋਂ ਕਿੱਥੇ ਬੈਠਾ, ਉਹਨੂੰ ਪੂਰੀ ਆਪਣੀ ਮਤਲਬ ਉਹ 'ਚ ਰੱਖਣਾ ਵੀ ਅਸੀਂ ਇਹਦਾ ਸਾਥ ਦੇਣਾ, ਇਹਨੂੰ ਸੰਭਾਲਣਾ, ਉਸ ਪੂਰੇ ਸਮੇਂ ਦੇ ਉੱਤੇ ਆ ਕੇ ਉਹਨੂੰ ਸੰਭਾਲ ਲੈਣਾ, ਕਿੱਡੀ ਸੂਖਮ ਖੇਡ ਆ ਹਨਾ। ਬੰਦਾ ਆਪਾਂ ਵੀ ਕਹਿ ਲਈਏ ਵੀ ਮੈਂ ਜੀ ਬਾਹਰਲੇ ਦੇਸ਼ 'ਚ ਆ, ਮੇਰਾ ਬਾਪ ਸਰੀਰ ਛੱਡਣ ਵਾਲਾ, ਆਪਾਂ ਵੀ ਯਤਨ ਕਰਦੇ, ਕਈ ਨਹੀਂ ਆ ਸਕਦੇ, ਜਿਉਂਦਾ ਜੀ ਬੰਦਾ ਜਿਉਂਦੇ ਕੋਲ ਨਹੀਂ ਪਹੁੰਚ ਸਕਦਾ, ਉਹ ਕਿੰਨੇ ਸਾਲ ਪਹਿਲਾਂ ਹੀ ਗੁਜ਼ਰ ਜਾਣ ਤੋਂ ਬਾਅਦ ਵੀ ਆਪਣੇ ਨਾਲ ਨਾਲ ਬਾਬਾ ਜੀ ਨਿਮਰਤਾ ਇੰਨੀ ਸੀ ਨਾ, ਨਿਮਰਤਾ ਨਾਲ ਇੱਕ ਚੀਜ਼ ਇਹ ਨਾ, ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣਾ ਹੈ, ਸਭ ਤੇ ਨੀਚਾ। ਊਚ ਤੇ ਊਚਾ ਇਸੇ ਕਰਕੇ ਉਹਨੇ ਆਪਣਾ ਮਨ ਸਭ ਤੇ ਨੀਚਾ, ਆਪਣੇ ਤੋਂ ਹੁੰਦਾ ਨੀ, ਸਭ ਤੇ ਨੀਚਾ ਮਨ ਆਪਣਾ ਹੁੰਦਾ ਨੀ, ਇਸ ਕਰਕੇ ਉਹ ਉਸੇ ਨਿਮਰਤਾ ਨਾਲ ਹੀ ਉਸ ਜਿਹੜੀ ਅਸਲੀ ਚੀਜ਼ ਨੂੰ ਪਹੁੰਚਾ ਜਾਂਦੇ।
ਨਹੀਂ ਤਾਂ ਪਚਦੀ ਨਹੀਂ ਤਾਂ ਡੁੱਲ ਜਾਂਦੀ ਮਹਾਰਾਜ ਥੋੜ੍ਹੀ ਜਿਹੀ ਕੋਈ ਮੜ ਜੀ ਕਿਤੇ ਆਏ ਨਾ ਗੱਲ ਪਤਾ ਡੁੱਲਣਾ ਸ਼ੁਰੂ ਹੋ ਜਾਂਦਾ ਹੈ ਨਾ ਉਹ ਬਸ ਇਹ ਸੰਤ ਜਨਾਂ ਦੀ ਕਿਰਪਾ ਨਾਲ ਹੀ ਉਹ ਚੀਜ਼ ਪਚਦੀ ਹੈ ਨਹੀਂ